ਲੋਕ ਸਭਾ ਚੋਣਾਂ ਦੀ ਤੀਜੇ ਗੇਨ ਨੂੰ ਲੈ ਕੇ ਚੋਣ ਪ੍ਰਚਾਰ ਪਕਦਾ ਜਾ ਰਿਹਾ ਹੈ ਇਸ ਗੇੜ ਤਹਿਤ 12 ਸੂਬਿਆਂ ਦੀਆਂ 94 ਪਾਰਲੀਮੈਂਟ ਸੀਟਾਂ ਦੇ 7 ਮਈ ਨੂੰ ਵੋਟਾਂ ਪੁਵਾਈਆਂ ਜਾਣਗੀਆਂ ਇਸ ਗੇੜ ਤਹਿਤ ਅਸਾਮ, ਬਿਹਾਰ, ਛੱਤੀਸਗੜ, ਗੁਆ, ਗੁਜਰਾਤ, ਕarnataka, ਮਹਾਰਾਸ਼ਟਰ, ਮਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ, ਜੰਮੂ ਅਤੇ ਕਸ਼ਮੀਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੋਟਾਂ ਪੁਵਾਈਆਂ ਜਾਣਗੀਆਂ ਇਸ ਗੇੜ ਤਹਿਤ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਅਤੇ ਜਨਤਕ ਮੀਟਿੰਗਾਂ ਕਰ ਰਹੀਆਂ ਨੇ